ਅਸੀਂ ਜੀ ਕੈਂਸਰ ਦੀ ਦਵਾਈ ਜਿਹੜੇ ਬਿਲਕੁਲ ਘਰੋਂ ਬੇਘਰ ਨੇ ਜਾਂ ਗਰੀਬ ਇਨਸਾਨ ਹੈ ਜਿਸ ਤੋਂ ਵਿਚਾਰੇ ਤੋਂ ਦਵਾਈ ਖਰੀਦ ਨਹੀਂ ਸਕਦਾ, ਨਹੀਂ ਲੈ ਸਕਦਾ, ਇਲਾਜ ਨਹੀਂ ਕਰਾ ਸਕਦਾ, ਉਹਨੂੰ ਕੈਂਸਰ ਦੀ ਦਵਾਈ ਅਸੀਂ ਬਿਲਕੁਲ ਫ੍ਰੀ ਦਿੰਦੇ ਹਾਂ। ਕਈ ਵੈਦ ਕਹਿੰਦੇ ਨੇ ਜੀ ਅਸੀਂ ਇੱਕ ਮਹੀਨੇ 'ਚ ਪੱਥਰੀ ਕੱਢ ਦਾਂਗੇ। ਮੈਂ ਕਹਿੰਦਾ ਜੀ ਦੋ ਮਹੀਨੇ ਵਿੱਚ ਪਿੱਤੇ ਦੀ ਪੱਥਰੀ ਕੱਢ ਕੇ ਦਿਖਾਓ। ਕਹਿੰਦੇ ਪਿੱਤੇ ਦੀ ਪੱਥਰੀ ਇੱਕ ਮਹੀਨੇ 'ਚ ਕੱਢਾਂਗੇ। ਮੈਂ ਕਹਿੰਦਾ ਜੀ ਦੋ ਮਹੀਨੇ 'ਚ ਕੱਢ ਕੇ ਦਿਖਾਓ, ਜੁੱਤੀ 'ਚ ਪਾਣੀ ਪੀ ਜਾਓ ਉਹਦੀ 'ਚ। ਜਿਹੜੇ ਇਨਸਾਨ ਝੁੰਗੀਆਂ ਦੇ ਵਿੱਚ ਰਹਿੰਦੇ ਨੇ, ਜਿਨ੍ਹਾਂ ਦੇ ਘਰਾਂ 'ਤੇ ਛੱਤਾਂ ਨਹੀਂ ਹੈਗੀਆਂ, ਸੜਕਾਂ 'ਤੇ ਸੌਂਦੇ ਨੇ, ਉਹਨਾਂ ਦੇ ਦੇਖੋ ਚਾਰ ਚਾਰ ਪੰਜ ਪੰਜ ਬੱਚੇ ਨੇ, ਠੀਕ ਹੈ ਜੀ। ਜਿਹੜੇ ਲੋਕ ਏਸੀਆਂ 'ਚ ਸੌਂਦੇ ਨੇ, ਤਕੜੀਆਂ ਤਕੜੀਆਂ ਲੈਂਡ ਰੋਵਰਾਂ ਗੱਡੀਆਂ 'ਚ ਘੁੰਮਦੇ ਨੇ, ਉਹ ਸਾਡੇ ਕੋਲ ਆਉਂਦੇ ਨਹੀਂ, ਸਾਡੇ ਬੱਚਾ ਨਹੀਂ ਹੈਗਾ। ਇਹ ਕੁਦਰਤ ਦਾ ਖੇਡ ਆ। ਕਿਉਂ? ਕਿਉਂਕਿ ਉਹ ਕੁਦਰਤ ਤੋਂ ਪਿੱਛੇ ਹਟ ਗਏ। ਤੁਹਾਨੂੰ ਪੈਰਾਲਾਈਸਿਸ ਹੋ ਗਿਆ, ਜੋੜਾਂ ਦੇ ਦਰਦ ਹੋ ਗਏ, ਗਠੀਆ ਹੋ ਗਿਆ, ਬੀਪੀ ਹੋ ਗਿਆ, ਸ਼ੂਗਰ ਹੋ ਗਿਆ, ਕਦੇ ਹੋ ਗਏ ਨੇ। ਸਹਿੰਦਾ ਨਮਕ ਤੁਸੀਂ ਇੱਕ ਚੁਟਕੀ ਖਾਲੀ ਪੇਟ ਖਾਓ, ਬੀਪੀ ਦੀ ਗੋਲੀ ਖਾਣ ਦੀ ਲੋੜ ਨਹੀਂ ਪਊਗੀ। ਇੱਕ ਮੁੱਠੀ ਤੁਸੀਂ ਨਮਕ ਦੀ ਪਾਣੀ ਦੇ ਵਿੱਚ ਪਾ ਕੇ ਡੇਲੀ ਨਹਾਓ, ਬੀਪੀ ਕਦੇ ਵਧੂਗਾ ਨਹੀਂ ਤੁਹਾਡਾ, ਬਿਨਾਂ ਦਵਾਈ ਤੋਂ ਤੁਹਾਡਾ ਬੀਪੀ ਠੀਕ ਕਰ ਦਾਂਗੇ। ਇੰਨਾ ਬੰਦਾ ਖਾਣ ਪੀਣ ਕਰਕੇ ਅਪਸੈੱਟ ਨਹੀਂ ਜਿੰਨਾ ਡਿਪਰੈਸ਼ਨ ਕਰਕੇ ਅਪਸੈੱਟ ਹੈ, ਠੀਕ ਹੈ। ਡਿਪਰੈਸ਼ਨ ਜਿੰਨਾ ਪੇਟ ਖਰਾਬ ਡਿਪਰੈਸ਼ਨ ਕਰਦਾ, ਉਨਾ ਖਾਣ ਪੀਣ ਵੀ ਨਹੀਂ ਕਰ ਸਕਦਾ, ਉਸ ਕਰਕੇ ਬਿਮਾਰੀਆਂ ਹੋਰ ਵੱਧਦੀਆਂ ਨੇ ਦਿਨ ਪਰ ਦਿਨ। ਚਾਹੇ ਤੁਹਾਡਾ ਯੂਰਿਕ ਐਸਿਡ ਵੱਧ ਹੈ, ਠੀਕ ਹੈ ਜੀ, ਇਹਦਾ ਕਾਰਨ ਸਾਰਾ ਇੱਕੋ ਹੈ ਵੀ ਤੁਹਾਡੇ ਅੰਦਰ ਤੇਜ਼ਾਬ ਬਣ ਰਿਹਾ। ਤੇਜ਼ਾਬ ਦੇ ਕਾਰਨ ਹੀ ਦਰਦ ਪੈਦਾ ਹੁੰਦੇ ਨੇ, ਜਿੰਨੇ ਮਣਕੇ ਹਿੱਲਦੇ ਨੇ, ਜਿੰਨੇ ਤੁਹਾਡੇ ਜੋੜਾਂ 'ਚ ਦਰਦ ਹੁੰਦੇ ਨੇ, ਸਾਰੇ ਤੇਜ਼ਾਬ ਦੇ ਕਾਰਨ ਪੈਦਾ ਹੁੰਦੇ ਨੇ। ਦੇਸੀ ਕੀ ਬੀਪੀ ਵੱਧ ਹੈ, ਖਰਾਬ ਕਰਦਾ, ਖਰਾਬ ਕਰਦਾ, ਮੈਂ ਇਹੀ ਕਹਿਣ ਲੱਗਿਆ ਸੀ। ਦੇਖੋ ਤੁਸੀਂ ਖੜ੍ਹੀ ਗੱਡੀ ਦੇ ਵਿੱਚ ਮੋਗਲੈਲ ਤੇਲ ਪਾਓਗੇ, ਉਹਨੇ ਜੰਮਣਾ ਹੀ ਹੈ। ਜੇ ਤੁਸੀਂ ਇਹਨੂੰ ਵਰਜਿਸ਼ ਕਰੋਗੇ, ਭਜਾਓਗੇ ਸਰੀਰ ਨੂੰ, ਫਿਰ ਥੋੜ੍ਹੀ ਖਰਾਬ ਕਰੂਗਾ, ਬਿਲਕੁਲ ਵੀ ਨਹੀਂ ਖਰਾਬ ਕਰੂਗਾ। ਕਿਉਂਕਿ ਮੰਨ ਲਓ ਵੀ ਮੇਰੇ ਕੋਲ 100 ਮਰੀਜ਼ ਆਉਂਦਾ, ਮੈਂ 100 ਨੂੰ ਨਹੀਂ ਠੀਕ ਕਰ ਸਕਦਾ। ਜੇ ਮੈਂ 100 'ਚੋਂ 100 ਨੂੰ ਠੀਕ ਕਰਤਾ, ਮੈਂ ਤਾਂ ਰੱਬ ਹੋ ਗਿਆ, ਮੇਰੇ ਯਾਰ ਪਰਮਾਤਮਾ ਦੇ ਵਿੱਚ ਫਰਕ ਕੀ ਰਹਿ ਗਿਆ, ਠੀਕ ਹੈ ਜੀ। ਇਹ ਉਹੀ ਲੋਕ ਦਾਅਵਾ ਕਰਦੇ ਨੇ ਜਿਨ੍ਹਾਂ ਦੀਆਂ ਦਵਾਈਆਂ 'ਚ ਕੁਛ ਨਹੀਂ ਹੁੰਦਾ। ਜਿਹੜੇ ਇਨਸਾਨ ਨੇ ਬੋਲਣ ਪੱਖੋਂ ਅਤੇ ਖਾਣ ਪੱਖੋਂ ਜੀਭ 'ਤੇ ਕੰਟਰੋਲ ਕਰ ਲਿਆ, ਉਹ ਕਦੇ ਜ਼ਿੰਦਗੀ 'ਚ ਮਾਰ ਨਹੀਂ ਖਾਂਦਾ ਹੈਗਾ, ਚਾਹੇ ਉਹ ਬੋਲਣ ਪੱਖੋਂ ਚਾਹੇ ਖਾਣ ਪੱਖੋਂ ਆ। ਜਿਹੜੇ ਬੰਦੇ ਨੇ ਪਰਹੇਜ਼ ਨਹੀਂ ਕਰਨਾ, ਉਹਨੂੰ ਐਲੋਪੈਥੀ ਕਿਹਾ, ਆਯੁਰਵੇਦ ਕਿਹਾ, ਹੋਮੋਪੈਥੀ, ਉਹਨੂੰ ਕੋਈ ਦਵਾਈ ਠੀਕ ਹੀ ਨਹੀਂ ਕਰ ਸਕਦੀ। ਕਿੰਨੇ ਡਾਕਟਰ ਨੇ, ਡਾਕਟਰ ਚਾਹੁੰਦਾ ਮੈਨੂੰ ਲੈਬੋਰਟਰੀ ਤੋਂ ਵੀ ਕਮਿਸ਼ਨ ਮਿਲੇ, ਮੈਨੂੰ ਮੈਡੀਕਲ ਤੋਂ ਵੀ ਮਿਲੇ, ਠੀਕ ਹੈ ਜੀ। ਉਹ ਆਪਣੀ ਮਰਜ਼ੀ ਦੀਆਂ ਦਵਾਈਆਂ ਰੱਖਦੇ ਆ। ਹੁਣ ਇੱਕ ਤਾਂ ਹਾਈ ਕੁਆਲਿਟੀ ਦੀ ਦਵਾਈ ਹੈ, ਇੱਕ ਲੋਅ ਕੁਆਲਿਟੀ ਦੀ ਹੈ, ਚੀਜ਼ ਉਹੀ ਹੈ, ਚੀਜ਼ ਉਹੀ ਹੈ। ਹੁਣ ਉੱਥੇ ਫਿਰ ਇਹ ਗੜਬੜੀ ਹੋ ਜਾਂਦੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਰਹਿਮਨ ਟੀਵੀ ਨਾਲ ਜੁੜੇ ਹੋ ਤੁਸੀਂ, ਮੈਂ ਹਰਵਿੰਦਰ ਖੰਨਾ ਸਵਾਗਤ ਕਰਦਾ। ਅੱਜ ਦੇ ਸਮੇਂ ਦੇ ਵਿੱਚ ਕੋਈ ਉਹ ਐਸਾ ਇਨਸਾਨ ਹੋਊਗਾ ਜੋ ਕਿਸੇ ਬਿਮਾਰੀ ਨਾਲ ਨਾ ਕਰਿਆ ਹੋਵੇ, ਬਹੁਤ ਟਾਵੇਂ ਬਹੁਤ ਘੱਟ ਐਸੇ ਇਨਸਾਨ ਹੋਣਗੇ। ਕਿਉਂਕਿ ਜਦੋਂ ਆਪਾਂ ਕੋਈ ਬਿਮਾਰੀ ਹੋ ਜਾਂਦੀ ਹੈ ਜਾਂ ਕੋਈ ਤਕਲੀਫ ਹੋ ਜਾਂਦੀ ਹੈ ਸਰੀਰਕ ਤੌਰ 'ਤੇ, ਤਾਂ ਆਪਣੇ ਮਨ ਦੇ ਵਿੱਚ ਹਮੇਸ਼ਾ ਇਹ ਹੁੰਦਾ ਕਿ ਆਪਾਂ ਫਟਾਫਟ ਠੀਕ ਹੋ ਜਾਈਏ, ਫਟਾਫਟ ਕੋਈ ਐਸੀ ਦਵਾਈ ਮਿਲ ਜਾਵੇ ਜਾਂ ਕੋਈ ਐਸੀ ਛੜੀ ਮਿਲ ਜਾਵੇ ਕਿ ਡਾਕਟਰ ਕੋਲ ਜਾਈਏ, ਉਹ ਜਾਦੂ ਦੀ ਛੜੀ ਘੁਮਾਵੇ ਅਤੇ ਫਟਾਫਟ ਠੀਕ ਹੋ ਜਾਈਏ। ਇਸ ਫਟਾਫਟ ਦੇ ਚੱਕਰ ਦੇ ਵਿੱਚ ਆਪਾਂ ਕਈ ਵਾਰ ਇੱਕ ਐਸੀ ਦਵਾਈ ਖਾ ਜਾਂਦੇ ਹਾਂ ਜੋ ਆਪਣੇ ਸਰੀਰ 'ਤੇ ਉਸ ਬਿਮਾਰੀ ਨੂੰ ਤਾਂ ਠੀਕ ਕਰ ਦਿੰਦੀ ਹੈ, ਪਰ ਕਈ ਵਾਰ ਐਸਾ ਰਿਐਕਸ਼ਨ ਹੋ ਜਾਂਦਾ ਕਿ ਦੂਸਰੀ ਬਿਮਾਰੀ ਆ ਜਾਂਦੀ ਆ, ਫਿਰ ਉਸ ਦੇ ਚੱਕਰ ਕੱਢਦੇ ਹਾਂ। ਫਿਰ ਜਦੋਂ ਆਪਾਂ ਹਾਰ ਜਾਂਦੇ ਹਾਂ ਤਾਂ ਆਪਣੇ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਹੈ ਕਿ ਯਾਰ ਨਹੀਂ, ਹੁਣ ਐਲੋਪੈਥੀ ਨਹੀਂ, ਹੁਣ ਆਪਾਂ ਆਯੁਰਵੇਦਿਕ ਵਾਲੀ ਜਾਂ ਕੋਈ ਹੋਮਿਓਪੈਥਿਕ ਦਵਾਈ ਖਾਂਦੇ ਹਾਂ। ਅੰਤ ਦੇ ਵਿੱਚ ਜਾਂਦੇ ਹਾਂ ਉਸ ਵੱਲ ਨੂੰ, ਆਪਾਂ ਸ਼ੁਰੂਆਤ ਦੇ ਵਿੱਚ ਨਹੀਂ ਸੋਚਦੇ। ਆਪਾਂ ਨੂੰ ਇਹ ਆਪਣੇ ਮਨ ਦੇ ਵਿੱਚ ਧਾਰਨਾ ਹੁੰਦੀ ਹੈ ਕਿ ਹਾਂ ਜੇ ਆਪਾਂ ਹੋਮਿਓਪੈਥਿਕ ਜਾਂ ਐਲੋਪੈਥੀ ਦਵਾਈ ਖਾਵਾਂਗੇ, ਆਯੁਰਵੈਦਿਕ ਦਵਾਈ, ਮਾਫ਼ ਕਰਨਾ, ਆਯੁਰਵੈਦਿਕ ਦਵਾਈ ਖਾਵਾਂਗੇ ਤਾਂ ਉਹਦਾ ਆਪਾਂ ਨੂੰ ਫਾਇਦਾ ਚਾਹੇ ਲੇਟ ਹੋਵੇ, ਕਈ ਵਾਰ ਨਾ ਹੋਵੇ, ਇਹੋ ਜਿਹੀ ਧਾਰਨਾ ਆ ਆਪਣੇ ਮਨ ਦੇ ਵਿੱਚ। ਫਾਇਦਾ ਤਾਂ ਹੁੰਦਾ ਹੀ ਆ, ਪਰ ਆਪਣੇ ਮਨ ਦੇ ਵਿੱਚ ਆਪਾਂ ਨੂੰ ਪਤਾ ਆ ਕਿ ਉਹਦਾ ਕੋਈ ਨੁਕਸਾਨ ਨਹੀਂ ਹੋਣ ਲੱਗਿਆ। ਅੱਜ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਲਈ ਮੌਜੂਦ ਹੋਣਗੇ ਡਾਕਟਰ ਜਗਰੂਪ ਸਿੰਘ ਜੀ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਵਿਸ਼ੇ ਉੱਤੇ, ਆਯੁਰਵੈਦਿਕ ਦੇ। ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ, ਮੈਂ ਇਹੀ ਜਿਵੇਂ ਦੱਸ ਰਿਹਾ ਸੀਗਾ ਕਿ ਲੋਕ ਪਹਿਲਾਂ ਕਿਉਂ ਨਹੀਂ ਆਯੁਰਵੈਦਿਕ ਨੂੰ ਅਪਣਾਉਂਦੇ ਹੈਗੇ, ਸਭ ਤੋਂ ਪਹਿਲਾਂ ਐਲੋਪੈਥੀ ਨੂੰ ਕਿਉਂ ਭੱਜ ਲੈਂਦੇ ਨੇ? ਦੇਖੋ, ਅੱਜ ਦੇ ਦੌਰ ਦੇ ਵਿੱਚ ਜੀ ਭੱਜ ਦੌੜ ਇੰਨੀ ਵੱਧ ਗਈ ਜੀ, ਹਰੇਕ ਮਰੀਜ਼ ਕਹਿੰਦਾ ਵੀ ਸਾਨੂੰ ਗੋਲੀ ਖਾਂਦੀ ਸਾਰ ਹੀ ਆਰਾਮ ਆਵੇ, ਠੀਕ ਹੈ ਜੀ। ਆਯੁਰਵੇਦ ਦਾ ਥੋੜ੍ਹਾ ਜਿਹਾ ਮੰਤਵ ਹੈ ਵੀ ਇਹਨੇ ਹੌਲੀ ਹੌਲੀ ਹੱਡਾਂ 'ਚ ਰਚਣਾ, ਹੌਲੀ 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 ਆਰਾਮ ਕਰਨਾ, ਔਰ ਸਹੀ ਢੰਗ ਨਾਲ ਆਰਾਮ ਕਰਨਾ। ਹੁਣ ਐਲੋਪੈਥੀ 'ਚ ਕੀ ਹੈ ਜੀ,
ਮਾੜਾ ਨਹੀਂ ਆਪਾਂ ਐਲੋਪੈਥੀ ਨੂੰ ਕਹਿੰਦੇ, ਐਲੋਪੈਥੀ ਬਹੁਤ ਸਹੀ ਹੈ, ਐਮਰਜੈਂਸੀ ਏਡ ਦਿੰਦੀ ਹੈ, ਬੰਦੇ ਨੂੰ ਐਕਸੀਡੈਂਟ ਹੋ ਜਾਂਦਾ ਇੱਕਦਮ ਰਾਹਤ ਮਿਲਦੀ ਹੈ, ਹੈ ਨਾ, ਠੀਕ ਹੈ ਜੀ। ਪਰ ਇਹ ਕੀ ਗੱਲ ਹੈ ਜੀ ਵੀ ਜਦੋਂ ਕਿਸੇ ਨੂੰ ਅੱਜ ਕੱਲ੍ਹ ਖੰਘ ਜ਼ੁਕਾਮ ਵੀ ਹੁੰਦਾ, ਹਲਕਾ ਜਿਹਾ ਸਿਰ ਦਰਦ ਹੁੰਦਾ, ਉਦੋਂ ਹੀ ਅਸੀਂ ਚੱਕਦੇ ਹਾਂ ਗੋਲੀ ਖਾਂਦੇ ਹਾਂ, ਇੱਕਦਮ ਠੀਕ ਹੋਣਾ ਚਾਹੁੰਦੇ ਹਾਂ। ਅਸੀਂ ਮੈਂਟੈਲਿਟੀ, ਸੋਚ, ਮਨ ਦੀ ਇੱਦਾਂ ਦੀ ਬਣਾ ਲਈ ਵੀ ਇੱਕਦਮ ਆਰਾਮ ਆਵੇ ਸਾਨੂੰ। ਹੁਣ ਜੇ ਆਪਾਂ ਅਲੱਗ ਅਲੱਗ ਵਿਸ਼ਿਆਂ 'ਤੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੇਰੇ ਦਿਮਾਗ ਦੇ ਵਿੱਚ ਆ ਰਿਹਾ ਕਿ ਜੋੜਾਂ ਦਾ ਦਰਦ, ਜੋੜਾਂ ਦਰਦ ਆ। ਆਪਣਾ ਜਦੋਂ ਖੜ ਕੇ ਪਾਣੀ ਪੀ ਲੈਂਦੇ ਹਾਂ ਤਾਂ ਆਪਾਂ ਨੂੰ ਅਕਸਰ ਕਿਹਾ ਜਾਂਦਾ ਆਪਣੇ ਸਿਆਣਿਆਂ ਵੱਲੋਂ ਕਿ ਭਾਈ ਬਹਿ ਕੇ ਪੀਓ, ਗੋਡਿਆਂ ਦੇ ਤੱਕ ਚਲੇ ਜਾਂਦਾ ਪਾਣੀ। ਇਹਦੇ ਇੱਕ ਇਹ ਵੀ ਕਾਰਨ ਕਹਿੰਦੇ ਮੰਨਿਆ ਜਾਂਦਾ ਕਿ ਜੋੜਾਂ ਦਾ ਜਿਹੜਾ ਦਰਦ ਆ, ਇਹ ਸ਼ੁਰੂਆਤ ਕਿਵੇਂ ਹੁੰਦੀ ਹੈ, ਐਸਾ ਕੀ ਹੋ ਜਾਂਦਾ ਕਿ ਗੋਡਿਆਂ ਦਾ ਦਰਦ ਜਿਹੜਾ ਛੱਡ ਜਾਂਦਾ, ਮੋਢਿਆਂ ਦੇ ਵਿੱਚ ਆ ਜਾਂਦੀ ਆ, ਕਈ ਵਾਰ ਜੋੜਾਂ 'ਚ ਦਰਦ ਹੁੰਦਾ, ਇਹ ਕਿਵੇਂ ਸ਼ੁਰੂਆਤ ਕਿਵੇਂ ਹੁੰਦੀ ਹੈ? ਦੇਖੋ ਜਿਹੜਾ ਇਹਦੀ ਸ਼ੁਰੂਆਤ ਹੈ ਜੀ, ਇਹ ਪੇਟ ਤੋਂ ਹੋਣੀ ਆ। ਕਿਵੇਂ ਹੋਣੀ ਆ? ਜਦੋਂ ਤੁਹਾਡਾ ਪੇਟ ਖਰਾਬ ਹੋ ਗਿਆ, ਬਦਹਾਜ਼ਮੀ ਹੋ ਗਈ, ਤੁਹਾਡਾ ਖਾਣਾ ਪਚਣਾ ਨਹੀਂ, ਉਵੇਂ ਅਮਲਤਾ ਪੈਦਾ ਕਰਨੀ ਹੈ। ਅਮਲਤਾ ਤੁਹਾਡੇ ਅੰਦਰ ਐਸਿਡ ਬਣਾਉਂਦੀ ਹੈ, ਉਹੀ ਐਸਿਡ ਤੁਹਾਡੇ ਜੋੜਾਂ 'ਚ ਜਾ ਕੇ ਬਹਿੰਦਾ, ਉਹਨੂੰ ਫਿਰ ਜੋੜਾਂ ਨੂੰ ਖੁਸ਼ਕ ਕਰ ਦਿੰਦਾ ਜੀ, ਉੱਥੋਂ ਦਰਦ ਪੈਦਾ ਹੁੰਦਾ। ਡਾਕਟਰ ਉਹਨੂੰ ਕਹੀ ਜਾਂਦੇ ਆ ਯੂਰਿਕ ਐਸਿਡ ਆ ਜੀ, ਇਹ 'ਚ ਦੁੱਧ ਬੰਦ ਕਰ ਦਿਉ। ਪਰ ਜਿਹੜਾ ਡਾਕਟਰ ਦੁੱਧ ਬੰਦ ਕਰਨ ਨੂੰ ਕਹਿੰਦਾ, ਉਹਨੂੰ ਤੁਸੀਂ ਸਵਾਲ, ਮਰੀਜ਼ ਨੂੰ ਇਹ ਸਵਾਲ ਕਰਨਾ ਚਾਹੀਦਾ ਵੀ ਦੁੱਧ ਕਿਉਂ ਬੰਦ ਕਰਨਾ? ਜੇ ਅਸੀਂ ਦੁੱਧ ਬੰਦ ਕਰਤਾ, ਸਾਨੂੰ ਕੈਲਸ਼ੀਅਮ ਕਿੱਥੋਂ ਮਿਲੂਗਾ? ਫਿਰ ਉਹ ਦੁੱਧ ਬੰਦ ਕਰ ਦਿੰਦੇ ਨੇ ਮਰੀਜ਼ ਦਾ, ਅਤੇ ਕੈਲਸ਼ੀਅਮ ਦੀ ਗੋਲੀ ਸ਼ੁਰੂ ਕਰ ਦਿੰਦੇ ਨੇ ਨਾਲ, ਠੀਕ ਹੈ ਜੀ, ਕਿਉਂਕਿ ਡਾਕਟਰ ਨੇ ਆਪਣਾ ਫਾਇਦਾ ਦੇਖਣਾ। ਇਹ ਨਹੀਂ ਹੈਗਾ ਵੀ ਦੁੱਧ ਉਹਦਾ ਚੱਲਦਾ ਰੱਖੋ, ਠੀਕ ਹੈ ਜੀ। ਦੁੱਧ ਕਦੇ ਵੀ ਯੂਰਿਕ ਐਸਿਡ ਨਹੀਂ ਪੈਦਾ ਕਰਦਾ, ਜਦੋਂ ਤੁਸੀਂ ਚੱਲੋਗੇ, ਕੰਮ ਕਰੋਗੇ, ਸਰੀਰ 'ਚੋਂ ਗਰਮੀ ਕੱਢੋਗੇ, ਕਦੇ ਦੁੱਧ ਯੂਰਿਕ ਐਸਿਡ ਨਹੀਂ ਪੈਦਾ ਕਰੂਗਾ। ਜੇ ਤੁਸੀਂ ਵਿਹਲੇ ਬਹਿ ਕੇ ਪਾਣੀ ਵੀ ਪੀਓਗੇ, ਪਾਣੀ ਵੀ ਖਰਾਬ ਕਰੂਗਾ ਤੁਹਾਡੇ, ਕਿਉਂਕਿ ਪਾਣੀ ਸਰੀਰ ਨੂੰ ਹਜ਼ਮ ਕਰਨ ਨੂੰ ਜ਼ੋਰ ਤਾਂ ਲੱਗਣਾ ਹੀ ਲੱਗਣਾ, ਉਹ ਵਿਹਲੇ ਬੈਠ ਕੇ ਪਾਣੀ ਵੀ ਪੀਤਾ ਹੋਇਆ ਤੁਹਾਡੇ ਸਰੀਰ ਵਾਸਤੇ ਜ਼ਹਿਰ ਹੈ। ਹੁਣ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਕੈਲਸ਼ੀਅਮ ਦੀ ਗੋਲੀ ਸ਼ੁਰੂ ਹੋ ਜਾਂਦੀ ਹੈ, ਜੇ ਆਪਾਂ ਡਾਇਟ ਦੇ ਪੱਖੋਂ ਦੇਖਿਆ ਜਾਵੇ, ਕਿਉਂਕਿ ਦੁੱਧ ਬੰਦ ਕਰ ਦਿੰਦੇ ਨੇ, ਡਾਇਟ ਆਪਣੀ ਉਹ ਵਾਲੀ ਨਹੀਂ ਰਹਿੰਦੀ, ਕਿਉਂਕਿ ਆਪਾਂ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਦੁੱਧ ਪੀਂਦੇ ਆ ਰਹੇ ਹਾਂ, ਜਦੋਂ ਇਹ ਚੀਜ਼ਾਂ ਬੰਦ ਹੋ ਜਾਂਦੀਆਂ ਨੇ, ਆਯੁਰਵੇਦਿਕ ਦੇ ਵਿੱਚ ਐਸਾ ਕੀ ਇਲਾਜ ਆ ਜਾਂਦਾ ਹੈ ਕਿ ਮੰਨ ਲਓ ਡਾਇਟ ਤੋਂ ਬਾਅਦ, ਡਾਇਟ ਤੋਂ ਬਾਅਦ ਐਸੀ ਕਿਹੜੀ ਦਵਾਈ ਜਾਂਦੀ ਹੈ, ਕਿ ਕਿੰਨਾ ਕੁ ਸਮਾਂ ਲੈਂਦੀ ਹੈ ਫਿਰ ਆਯੁਰਵੇਦਿਕ ਇਸ ਚੀਜ਼ ਨੂੰ ਠੀਕ ਕਰਨ ਵਾਸਤੇ? ਦੇਖੋ ਤੁਹਾਡੇ ਮਨ ਅਤੇ ਦਿਮਾਗ 'ਤੇ ਡਿਪੈਂਡ ਕਰਦਾ ਵੀ ਅਸੀਂ ਕਿਸ ਚੀਜ਼ ਨਾਲ ਠੀਕ ਹੋਣਾ। ਜੇ ਤਾਂ ਬੰਦੇ ਨੇ ਇਹ ਮਨ 'ਚ ਧਾਰ ਲਿਆ ਵੀ ਅਸੀਂ ਆਯੁਰਵੇਦ ਖਾ ਕੇ ਹੀ ਠੀਕ ਹੋਣਾ, ਫਿਰ ਤਾਂ ਉਹ ਵਿਦ ਇਨ ਡੇਜ਼, ਦਿਨਾਂ ਦੇ ਵਿੱਚ ਠੀਕ ਹੋਊਗਾ। ਜਦੋਂ ਬੰਦੇ ਨੇ ਅੱਜ ਕੱਲ੍ਹ ਲੋਕ ਕੀ ਕਰਦੇ ਆ ਜੀ, ਆਯੁਰਵੇਦ ਦਵਾਈਆਂ ਲੈ ਲੈਂਦੇ ਨੇ, ਉਹ 2-4 ਦਿਨ ਖਾਂਦੇ ਨੇ, 5-5 ਦਿਨ ਕੋਠੇ 'ਤੇ ਮਾਰ ਦਿੰਦੇ, ਕਹਿੰਦੇ ਆਯੁਰਵੇਦ ਤਾਂ ਫਾਇਦਾ ਹੀ ਨਹੀਂ ਕਰਦੀ। ਪਰ ਜੋ ਕੁਛ ਆਯੁਰਵੇਦ ਫਾਇਦਾ ਕਰਦੀ ਉਹ ਦੁਨੀਆਂ ਵਿੱਚ ਕੋਈ ਇਹੋ ਜਿਹੀ ਪੈਥੀ ਉਹ ਨਹੀਂ, ਜਿੰਨਾ ਆਯੁਰਵੇਦ ਦੇ ਵਿੱਚ ਅਸਰ ਹੈ ਕਿਸੇ ਪੈਥੀ 'ਚ ਅਸਰ ਨਹੀਂ ਹੈਗਾ। ਮੈਂ ਕਿਸੇ ਪੈਥੀ ਨੂੰ ਮਾੜਾ ਨਹੀਂ ਕਹਿੰਦਾ, ਠੀਕ ਹੈ ਜੀ, ਪਰ ਇਹਨੂੰ ਹਜ਼ਮ ਕਰਨ ਨੂੰ ਔਰ ਸਮਝਣ ਨੂੰ ਥੋੜ੍ਹਾ ਜਿਹਾ ਟਾਈਮ ਲੱਗਦਾ, ਥੋੜ੍ਹਾ ਸਮਾਂ ਲੱਗਦਾ। ਹਾਂਜੀ, ਮਰੀਜ਼ ਅੱਜ ਦੇ ਦੌਰ ਦੇ ਵਿੱਚ ਉਨੀ ਦੇਰ ਨਹੀਂ ਖੜ੍ਹਦਾ, ਹਰੇਕ ਜਲਦੀ ਤੋਂ ਜਲਦੀ ਠੀਕ ਹੋਣਾ ਚਾਹੁੰਦਾ। ਉਸ ਜਲਦੀ ਤੋਂ ਜਲਦੀ ਠੀਕ ਹੋਣ ਦੇ ਚੱਕਰ ਦੇ ਵਿੱਚ ਅਸੀਂ ਸਰੀਰ ਨੂੰ ਰੋਗੀ ਬਣਾ ਲਿਆ, ਸਰੀਰ ਦਾ ਭੱਠਾ ਬਿਠਾ ਲਿਆ ਬਿਲਕੁਲ, ਅਤੇ ਬਾਅਦ ਵਿੱਚ ਫਿਰ ਸਰੀਰ ਜਲਦੀ ਜਲਦੀ ਠੀਕ ਵੀ ਨਹੀਂ ਹੁੰਦਾ, ਠੀਕ ਵੀ ਨਹੀਂ ਹੁੰਦਾ। ਜਿਵੇਂ ਅੱਜ ਦੇ ਸਮੇਂ ਦੇ ਵਿੱਚ ਨਾ ਫਾਸਟ ਫੂਡ ਬੜਾ ਚੱਲ ਰਿਹਾ, ਛੋਟੇ ਛੋਟੇ ਬੱਚੇ ਨੇ, ਉਹਨਾਂ ਦਾ ਵਜਨ ਬਹੁਤ ਵਧਿਆ ਹੋਇਆ। ਕਈ ਕੰਪਨੀਆਂ ਐਸੀਆਂ ਵੀ ਨੇ, ਮੈਂ ਨਾਮ ਨਹੀਂ ਲਊਂਗਾ, ਕਈ ਕੁਝ ਕੰਪਨੀਆਂ ਐਸੀਆਂ ਵੀ ਨੇ ਕਿ ਉਹ ਦਾਅਵਾ ਕਰ ਦਿੰਦੀਆਂ ਨੇ ਕਿ ਜੀ 15 ਦਿਨ 'ਚ ਜਾਂ 40 ਦਿਨ ਦੇ ਵਿੱਚ ਜਾਂ 20 ਦਿਨ ਦੇ ਵਿੱਚ ਤੁਹਾਡਾ 1 ਕਿਲੋ ਵਜ਼ਨ ਘੱਟ ਦਿਓ। ਐਸੀ ਕੀ ਉਹਨਾਂ ਨੇ ਬਣਾਈ ਹੁੰਦੀ ਆ ਯੋਗਤ, ਐਸਾ ਕਿਹੜਾ ਪੇਪਰ ਵਰਕ ਹੁੰਦਾ ਜਾਂ ਕਿਹੜੀ ਉਹਨਾਂ ਨੂੰ ਆਮਦ ਹੋਈ ਹੁੰਦੀ ਆ ਕਿ ਉਹਨਾਂ ਨੂੰ ਪਤਾ ਕਿ ਅਸੀਂ 1 ਦਿਨਾਂ 'ਚ ਇਹੋ ਜਿਹਾ ਕੀ ਦਿੰਦੇ ਨੇ ਉਹ ਫਿਰ? ਉਹ ਦੇਖੋ ਜੀ, ਅਸੀਂ ਵੀ ਮੋਟਾਪੇ ਦੀ ਦਵਾਈ ਦਿੰਦੇ ਹਾਂ, ਠੀਕ ਹੈ, ਪਰ ਸਾਡੀ ਦਵਾਈ ਮੋਟਾਪਾ ਨਹੀਂ ਘਟਾਉਂਦੀ, ਸਿਰਫ ਹਾਜ਼ਮਾ ਠੀਕ ਕਰਦੀ ਹੈ। ਜਦੋਂ ਹਾਜ਼ਮਾ ਠੀਕ ਹੋ ਗਿਆ, ਤੁਸੀਂ ਡਾਇਟ ਸਹੀ ਕਰ ਲਈ, ਤੁਹਾਡਾ ਮੋਟਾਪਾ ਬਿਲਕੁਲ ਘਟਣਾ ਸ਼ੁਰੂ ਹੋ ਜਾਣਾ। ਬੰਦੇ ਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਦਵਾਈ ਲਓ, ਇੱਕ ਮਿੱਠਾ ਅਤੇ ਇੱਕ ਨਮਕ ਖਾਣਾ ਛੱਡ ਦਿਓ, ਮੋਟਾਪਾ ਆਪਣੇ ਆਪ ਘਟਣਾ ਸ਼ੁਰੂ ਹੋ ਜਾਊਗਾ, ਦਵਾਈ ਖਾਣ ਦੀ ਲੋੜ ਨਹੀਂ ਹੈਗੀ। ਜਿਹੜੇ ਆਹ ਦਾਅਵੇ ਕਰਦੇ ਨੇ, ਉਹਨਾਂ ਕੋਲ ਸਿਰਫ ਸਟੀਰੋਇਡ ਨੇ, ਪਰ ਬੰਦਾ ਪਹਿਲਾਂ ਇੱਕ ਵਾਰ ਤਾਂ 15 ਦਿਨ ਦੇ ਵਿੱਚ 3-4 ਕਿਲੋ ਵਜ਼ਨ ਘਟਾ ਲੈਂਦਾ, ਪਰ ਉਹਦੇ ਵਿੱਚੋਂ 2-3 ਮਹੀਨੇ ਬਾਅਦ ਉਹਨੂੰ ਰਿਜ਼ਲਟ ਮਿਲਦਾ ਵੀ ਹੁਣ ਮੇਰੇ ਕਿਡਨੀ ਫੇਲੀਅਰ ਹੋ ਗਿਆ, ਮੇਰਾ ਲਿਵਰ ਫੇਲੀਅਰ ਹੋ ਗਿਆ, ਠੀਕ ਹੈ ਜੀ। ਉਹਦੇ ਵਿੱਚ ਬਾਅਦ ਵਿੱਚ ਪਤਾ ਚੱਲਦਾ ਜਾ ਕੇ, ਪਰ ਆਯੁਰਵੇਦ ਇੱਦਾਂ ਦਾ ਕੁਛ ਨਹੀਂ ਕਰਦਾ। ਆਯੁਰਵੇਦ ਦੇ ਵਿੱਚ ਮੋਟਾਪਾ ਘਟਾਉਣ ਵਾਸਤੇ ਸਿਰਫ ਹਾਜ਼ਮਾ ਠੀਕ ਕਰਨ ਨੂੰ ਦਵਾਈ ਦਿੱਤੀ ਜਾਂਦੀ ਹੈ। ਜਦੋਂ ਹਾਜ਼ਮਾ ਠੀਕ ਹੋ ਗਿਆ, ਬਾਕੀ ਤੁਹਾਡਾ ਕੰਮ ਹੈ ਡਾਇਟ ਨੇ ਕਰਨਾ। ਡਾਕਟਰ ਸਾਹਿਬ, ਅੱਜ ਕੱਲ੍ਹ ਨਾ ਜਿਵੇਂ ਤੁਸੀਂ ਦੱਸਿਆ ਕਿ ਫੇਲੀਅਰ ਹੋ ਗਿਆ, ਇੱਕ ਆਹ ਬਹੁਤ ਕਾਮਨ ਜਿਹਾ ਹੋਈ ਜਾਂਦੀ ਹੈ, ਇਹ ਗੱਲ ਵੈਸੇ ਬਹੁਤ ਬੜੀ ਹੈ ਕਿ ਹਾਰਟ ਅਟੈਕ ਹੋ ਜਾਂਦਾ, ਕਿ ਮਲਟੀ ਔਰਗਨਸ ਫੇਲਸ ਹੋ ਜਾਂਦੇ ਨੇ। ਬਿਲਕੁਲ, ਇਹ ਇਹੋ ਜਿਹਾ ਕੀ ਹੋਣ ਲੱਗ ਗਿਆ ਅੱਜ ਕੱਲ੍ਹ, ਕਿ ਖਾਣ ਪੀਣ ਨਹੀਂ ਸਹੀ ਆ ਰਿਹਾ ਜਾਂ ਹਵਾ ਦੇ ਵਿੱਚ ਕੁਝ ਇੰਨਾ ਪ੍ਰਦੂਸ਼ਣ ਆ ਗਿਆ ਕਿ ਸਰੀਰ ਹੁਣ ਝੱਲ ਨਹੀਂ ਪਾ ਰਿਹਾ ਉਸ ਚੀਜ਼ ਨੂੰ? ਦੇਖੋ, ਇਨਸਾਨ ਕਹਿੰਦਾ ਜੀ ਜ਼ਮਾਨਾ ਬਦਲ ਗਿਆ, ਪਰ ਮੈਂ ਕਹਿੰਦਾ ਜ਼ਮਾਨਾ ਨਹੀਂ ਬਦਲਿਆ, ਸਿਰਫ ਇਨਸਾਨ ਬਦਲਿਆ।
ਉਹੀ ਪੇੜ ਪੌਦੇ ਉਹੀ ਪਸ਼ੂ ਪੰਛੀ ਸਾਰਾ ਕੁਛ ਉੱਦਾਂ ਦੇ ਨੇ। ਇਨਸਾਨ ਨੇ ਆਪਣੇ ਆਪ ਨੂੰ ਬਦਲਿਆ, ਆਪਣੀ ਖੁਰਾਕ ਨੂੰ ਬਦਲਿਆ, ਆਪਣੀ ਸੋਚ ਨੂੰ ਬਦਲਿਆ। ਹਰੇਕ ਇਨਸਾਨ 100 ਚੋਂ 99 ਬੰਦੇ ਡਿਪਰੈਸ਼ਨ ਦੇ ਸ਼ਿਕਾਰ ਨੇ, ਠੀਕ ਹੈ ਜੀ। ਉਹਦੇ ਕਰਕੇ ਇੰਨਾ ਬੰਦਾ ਖਾਣ ਪੀਣ ਕਰਕੇ ਅਪਸੈੱਟ ਨਹੀਂ ਜਿੰਨਾ ਡਿਪਰੈਸ਼ਨ ਕਰਕੇ ਅਪਸੈੱਟ ਹੈ, ਠੀਕ ਹੈ। ਡਿਪਰੈਸ਼ਨ ਜਿੰਨਾ ਪੇਟ ਖਰਾਬ ਡਿਪਰੈਸ਼ਨ ਕਰਦਾ ਹੈ ਉਨਾ ਖਾਣ ਪੀਣ ਵੀ ਨਹੀਂ ਕਰ ਸਕਦਾ, ਉਸ ਕਰਕੇ ਬਿਮਾਰੀਆਂ ਹੋਰ ਵੱਧਦੀਆਂ ਨੇ ਦਿਨ ਪਰ ਦਿਨ। ਹੁਣ ਜੇ ਆਪਾਂ ਗੱਲ ਕਰ ਰਹੇ ਹਾਂ ਸਰੀਰ ਦੇ ਪੱਖੋਂ, ਨਾ ਇੱਕ ਹੋਰ ਚੀਜ਼ ਬੜੀ ਕੋਮਨ ਚੱਲ ਰਹੀ ਹੈ, ਕਹਿੰਦੇ ਜੀ ਮੈਂ ਧੁੱਪ 'ਚ ਨਹੀਂ ਨਿਕਲ ਸਕਦਾ, ਮੇਰੇ ਉਰੇ ਦਾਣੇ ਹੋ ਜਾਂਦੇ ਨੇ, ਮੇਰੇ ਫਿਉਂਸੀਆਂ ਹੋ ਜਾਂਦੀਆਂ ਨੇ, ਜਾਂ ਮੈਂ ਆਹ ਚੀਜ਼ ਉਰੇ ਨਹਾ ਨਹੀਂ ਸਕਦਾ, ਸਾਬਣ ਆਹ ਲਾ ਲੈਣਾ ਤਾਂ ਮੈਨੂੰ ਇੱਦਾਂ ਇਹ ਐ। ਪਹਿਲਾਂ ਤਾਂ ਇਹੋ ਜਿਹੀਆਂ ਕੋਈ ਚੀਜ਼ਾਂ ਹੁੰਦੀਆਂ ਨਹੀਂ ਸੀ, ਆਪਾਂ ਤਾਂ ਪਹਿਲਾਂ ਸੂਹਿਆਂ 'ਚ ਵੀ ਨਹਾ ਲੈਂਦੇ ਸੀ, ਨਹਿਰਾਂ 'ਚ ਨਹਾਈ ਜਾਂਦੇ ਹੁੰਦੇ ਸੀ। ਅੱਜ ਕੱਲ੍ਹ ਬਹੁਤ ਇਹ ਚੀਜ਼ ਚੱਲ ਗਈ ਕਿ ਮਾੜਾ ਜਿਹਾ ਨਹਾਇਆ ਉਹ ਤਾਂ ਸਰੀਰ 'ਤੇ ਆ, ਇਹ ਚਮੜੀ ਦੇ ਰੋਗ ਕਿੱਧਰੋਂ ਆਉਣ ਲੱਗ ਗਏ। ਦੇਖੋ ਜਦੋਂ ਤੁਸੀਂ ਏਸੀਆਂ 'ਚ ਬੈਠੋਗੇ, ਸਰੀਰ 'ਚੋਂ ਪਸੀਨਾ ਨਹੀਂ ਕੱਢਣਾ, ਰੋਮ ਨਹੀਂ ਖੁੱਲ੍ਹਣੇ, ਤੁਹਾਡੇ ਸਰੋਤ ਬਾਹਰ ਨਹੀਂ ਨਿਕਲਣੇ ਅੰਦਰ ਦੀ ਗੰਦਗੀ, ਠੀਕ ਹੈ ਜੀ, ਫਿਰ ਉਹ ਲੀਵਰ 'ਚ ਤੁਹਾਡੇ ਗਰਮੀ ਭਰੂਗੀ, ਫਿਰ ਉਹ ਇੱਦਾਂ ਦੀਆਂ ਬਿਮਾਰੀਆਂ ਪੈਦਾ ਹੋਣੀਆਂ। ਜਿਵੇਂ ਕੁਦਰਤ ਕਹਿੰਦੀ ਹੈ ਵੀ ਜਿੱਦਾਂ ਦਾ ਬੀਜੋਗੇ ਉੱਦਾਂ ਦਾ ਵੱਢਣਾ ਪੈਣਾ, ਠੀਕ ਹੈ ਜੀ। ਕਿਸੇ ਇਨਸਾਨ ਨੇ, ਲੇਖਕ ਨੇ ਕਿਹਾ ਵੀ ਮਿੱਟੀ 'ਚ ਬੀਜਿਆ ਹੋਇਆ ਬੀਜ ਬੇਸ਼ੱਕ ਨਾ ਜੰਮੇ, ਪਰ ਜੋ ਇਨਸਾਨ ਕਰਮ ਬੀਜ ਬੀਜਦਾ ਉਹਨੇ ਇੱਕ ਨਾ ਇੱਕ ਦਿਨ ਜਨਮ ਲੈਣਾ ਹੀ ਲੈਣਾ, ਚਾਹੇ ਉਹ ਕਿਸੇ ਨਾਲ ਬੁਰਾ ਕਰਦਾ, ਚਾਹੇ ਉਹ ਕਿਸੇ ਨਾਲ ਚੰਗਾ ਕਰਦਾ, ਉੱਦਾਂ ਦਾ ਹੀ ਜਨਮ ਉਹ ਲਊਗਾ ਕਰਮ। ਹਾਂਜੀ, ਹੁਣ ਇਸ ਚੀਜ਼ ਨੂੰ ਆਪਾਂ ਕਿੱਦਾਂ ਰੋਕ ਸਕਦੇ ਹਾਂ, ਕਿਉਂਕਿ ਐਲੋਪੈਥੀ ਦੇ ਵਿੱਚ ਜਾਂਦੇ ਹਾਂ ਤਾਂ ਆਪਾਂ ਨੂੰ ਦਵਾਈ ਮਿਲਦੀ ਹੈ, ਜਿੰਨਾ ਟਾਈਮ ਆਪਾਂ ਉਸ ਦਵਾਈ ਨੂੰ ਸੇਵਨ ਕਰਦੇ ਹਾਂ, ਮਹੀਨੇ 2 ਮਹੀਨੇ ਬਾਅਦ ਫਿਰ ਉਹ ਇਹ ਚੀਜ਼ ਸ਼ੁਰੂ ਹੋ ਜਾਂਦੀ ਹੈ। ਇਹ ਚੀਜ਼ ਨੂੰ ਆਪਾਂ ਆਯੁਰਵੇਦਿਕ ਦੇ ਵਿੱਚ ਕਿੱਦਾਂ ਨੂੰ ਦੇਖ ਰਹੇ ਹਾਂ? ਦੇਖੋ ਜੀ, ਜਿਵੇਂ ਸੋਰਾਇਸਿਸ ਹੋ ਗਈ, ਅੱਜ ਕੱਲ੍ਹ ਫੰਗਨਲ ਇਨਫੈਕਸ਼ਨ ਹੋ ਗਈ ਜਾਂ ਫਿਣਸੀਆਂ ਹੋ ਗਈਆਂ, ਅਸੀਂ 2 ਤੋਂ 3 ਮਹੀਨੇ ਵਿੱਚ ਬਿਲਕੁਲ ਖਤਮ ਕਰਦੇ ਹਾਂ, ਪਰ ਬੰਦਾ ਪਰਹੇਜ਼ ਰੱਖਣ ਵਾਲਾ ਹੋਣਾ ਚਾਹੀਦਾ। ਕਈ ਬੰਦੇ ਆ ਕੇ ਕਹਿ ਦਿੰਦੇ ਆ ਜੀ ਸਾਨੂੰ ਆਰਾਮ ਨਹੀਂ ਆਇਆ, ਠੀਕ ਹੈ ਜੀ, ਅਸੀਂ ਇੱਥੇ ਪਰਹੇਜ਼ ਦੱਸ ਦੇਣਾ, ਘਰ ਜਾ ਕੇ ਉਹਨੇ ਆਪਣੀ ਜੀਭ 'ਤੇ ਫੇਰ ਬੰਧਣਾ ਨਹੀਂ, ਠੀਕ ਹੈ ਜੀ। ਜਿਹੜੇ ਇਨਸਾਨ ਨੇ ਬੋਲਣ ਪੱਖੋਂ ਅਤੇ ਖਾਣ ਪੱਖੋਂ ਜੀਭ 'ਤੇ ਕੰਟਰੋਲ ਕਰ ਲਿਆ, ਉਹ ਕਦੇ ਜ਼ਿੰਦਗੀ 'ਚ ਮਾਰ ਨਹੀਂ ਖਾਂਦਾ ਹੈਗਾ, ਚਾਹੇ ਉਹ ਬੋਲਣ ਪੱਖੋਂ ਆ ਚਾਹੇ ਖਾਣ ਪੱਖੋਂ ਆ, ਠੀਕ ਹੈ ਜੀ। ਜਿਹੜੇ ਬੰਦੇ ਨੇ ਪਰਹੇਜ਼ ਨਹੀਂ ਕਰਨਾ, ਉਹਨੂੰ ਐਲੋਪੈਥੀ ਕਿਹਾ, ਆਯੁਰਵੇਦ ਕਿਹਾ, ਹੋਮੋਪੈਥੀ, ਉਹਨੂੰ ਕੋਈ ਦਵਾਈ ਠੀਕ ਹੀ ਨਹੀਂ ਕਰ ਸਕਦੀ। ਹੁਣ ਜਾਣੀ ਸਾਰੀ ਗੱਲ ਡਾਇਟ 'ਤੇ ਹੀ ਮੁੱਕ ਜਾਂਦੀ ਹੈ, ਜਿੱਦਾਂ ਤੁਸੀਂ ਖਾਓਗੇ ਉਸ ਹਿਸਾਬ ਨਾਲ ਹੀ ਤੁਹਾਡਾ ਸਰੀਰ ਕੰਮ ਕਰੂਗਾ। ਬਿਲਕੁਲ। ਛੋਟੇ ਛੋਟੇ ਬੱਚੇ ਨੇ, 5-5, 6-6 ਸਾਲ ਦੇ, ਐਨਕਾਂ ਲੱਗ ਜਾਂਦੀਆਂ ਨੇ, ਕਹਿੰਦੇ ਨੰਬਰ ਘੱਟ ਗਿਆ, ਅੱਖ ਉਹ ਚੀਜ਼ ਨਹੀਂ ਕਰੇ। ਯਾਰ ਛੋਟੇ ਬੱਚਿਆਂ ਦੇ ਵਿੱਚ ਇਹ ਦਿੱਕਤਾਂ ਕਿਵੇਂ ਆਉਣ ਲੱਗ ਗਈਆਂ? ਪਹਿਲਾਂ ਤਾਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੁੰਦੀ ਸੀ। ਦੇਖੋ, ਇੱਕ ਤਾਂ ਜੀ ਸਾਇੰਸ ਦਾ ਯੁੱਗ ਹੈ, 1 ਸਾਲ ਦਾ ਬੱਚਾ ਕਾਰਟੂਨ ਦੇਖਣ ਲੱਗ ਜਾਂਦਾ ਮੋਬਾਈਲ 'ਤੇ, TV ਸਾਰਾ ਦਿਨ ਦੇਖੀ ਜਾਂਦਾ ਜੀ। ਇੱਕ ਤਾਂ ਮਾੜਾ ਅਸਰ ਸਭ ਤੋਂ ਉਹ ਹੋ ਗਿਆ, ਦੂਜੀ ਨਿਊਟ੍ਰੀਸ਼ਨ ਦੀ ਡੈਫੀਸ਼ੈਂਸੀ ਆ ਗਈ, ਖਾਣਾ ਪੀਣਾ ਕੁਛ ਨਹੀਂ, ਅਸੀਂ ਪੈਕਟ ਬੰਦ ਦੁੱਧ ਪੀਣਾ, ਠੀਕ ਹੈ ਜੀ। ਪੈਕਟਾਂ ਵਾਲਾ ਦੁੱਧ ਪੀ ਕੇ ਭਲਵਾਨ ਥੋੜ੍ਹੀ ਬਣੂਗਾ, ਉਹ 10-10 ਦਿਨ ਦਾ ਪੈਕਟਾਂ 'ਚ ਬੰਦ ਕਰਿਆ ਹੋਇਆ, ਉਹ ਜ਼ਹਿਰ, ਉਹਦੇ ਵਿੱਚ ਮਸਾਲੇ ਕਿੰਨੇ ਪਾਏ ਹੋਏ ਆ ਜਿਹੜੇ ਉਹਨੂੰ ਖਰਾਬ ਹੋਣ ਤੋਂ ਰੋਕਦੇ ਆ, ਠੀਕ ਹੈ ਜੀ। ਦੇਸੀ ਘਿਓ ਤੋਂ ਸਾਨੂੰ ਉਲਟੀਆਂ ਆਉਂਦੀਆਂ ਨੇ, ਨਫ਼ਰਤ ਹੈ, ਲੈਟਰੀਨਾਂ ਲੱਗ ਜਾਂਦੀਆਂ ਨੇ, ਉਹ ਫਿਰ ਨਜ਼ਰ ਘਟਣੀ ਉਹ ਘਟਣੀ ਹੈ। ਆਯੁਰਵੇਦਿਕ ਦੇ ਵਿੱਚ ਤੁਸੀਂ ਕਿਸ ਚੀਜ਼ ਕਿੱਦਾਂ ਦੇਖ ਰਹੇ ਹੋ ਕਿ ਹੈ ਕੋਈ ਪੱਕਾ ਇਲਾਜ? ਦੇਖੋ, ਆਯੁਰਵੇਦ ਵਰਗਾ ਇਲਾਜ ਕਿਸੇ ਚੀਜ਼ 'ਚ ਹੈ ਹੀ ਨਹੀਂ, ਕਿਸੇ ਪੈਥੀ ਦੇ ਵਿੱਚ ਜੀ, ਠੀਕ ਹੈ ਜੀ। ਜੋ ਕੁਛ ਆਯੁਰਵੇਦ ਆ, ਇੱਕ ਨੇਚਰ ਆ, ਕੁਦਰਤ ਤੋਂ ਲਿਆ ਗਿਆ, ਕੁਦਰਤ ਦਾ ਹੀ ਹਿੱਸਾ ਹੈ। ਇਨਸਾਨ ਸਭ ਪਾਸੇ ਧੱਕੇ ਖਾ ਕੇ ਰੱਬ ਦੇ ਘਰ ਜਾਂਦਾ ਜਦੋਂ ਠੀਕ ਨਹੀਂ ਹੁੰਦਾ, ਇਹ ਰੱਬ ਦਾ ਹੀ ਘਰ ਆ ਆਯੁਰਵੇਦ ਆ ਜਿਹੜਾ। ਹਾਂਜੀ, ਤੁਸੀਂ ਦਾਅਵਾ ਕਰਦੇ ਹੋ ਕਿ ਜੇ ਸਾਡੇ ਕੋਲੋਂ ਜਾਂ ਦਵਾਈ ਲਵੇ ਜਾਂ ਆਯੁਰਵੇਦਿਕ ਦੀ ਕੋਈ ਵੀ ਦਵਾਈ, ਮੈਂ ਇੱਦਾਂ ਨਹੀਂ ਕਹੂੰਗਾ ਕਿ ਤੁਹਾਡੇ ਕੋਲੋਂ, ਕਿਸੇ ਹੋਰ ਦੇ ਕੋਲੋਂ ਵੀ, ਜਾਂ ਆਯੁਰਵੇਦਿਕ ਜਿਹੜਾ ਡਾਕਟਰ ਅਸਲ 'ਚ ਡਾਕਟਰ ਹੈ, ਕਿਉਂਕਿ ਬਹੁਤ ਜੇ ਐਸੀਆਂ ਬੰਦੇ ਨੇ ਜੋ ਦਾਅਵਾ ਕਰਦੇ ਨੇ, 100% ਦਾਅਵਾ ਕਰਨਾ ਕਿੱਥੇ ਤੱਕ ਸਹੀ ਹੁੰਦਾ ਡਾਕਟਰ ਸਾਹਿਬ? ਦੇਖੋ ਜੀ, ਜਿਹੜਾ ਅਨਪੜ੍ਹ ਵੈਦ ਆ ਜਾਂ ਅਨਪੜ੍ਹ ਡਾਕਟਰ ਆ ਉਹੀ ਦਾਅਵਾ ਕਰ ਸਕਦਾ ਹੈ, ਕਿਉਂਕਿ ਮੰਨ ਲਓ ਵੀ ਮੇਰੇ ਕੋਲ 100 ਮਰੀਜ਼ ਆਉਂਦਾ, ਮੈਂ 100 ਨੂੰ ਨਹੀਂ ਠੀਕ ਕਰ ਸਕਦਾ। ਜੇ ਮੈਂ 100 ਚੋਂ 100 ਨੂੰ ਠੀਕ ਕਰਤਾ, ਮੈਂ ਤਾਂ ਰੱਬ ਹੋ ਗਿਆ, ਮੇਰੇ ਯਾਰ ਪਰਮਾਤਮਾ ਦੇ ਵਿੱਚ ਫਰਕ ਕੀ ਰਹਿ ਗਿਆ? ਠੀਕ ਹੈ ਜੀ। ਇਹ ਉਹੀ ਲੋਕ ਦਾਅਵਾ ਕਰਦੇ ਨੇ ਜਿਨ੍ਹਾਂ ਦੀਆਂ ਦਵਾਈਆਂ 'ਚ ਕੁਛ ਨਹੀਂ ਹੁੰਦਾ, ਠੀਕ ਹੈ ਜੀ, ਜਿਨ੍ਹਾਂ ਨੂੰ ਕੁਛ ਨਹੀਂ ਆਉਂਦਾ, ਜਿਨ੍ਹਾਂ ਨੂੰ ਆਯੁਰਵੇਦ ਦਾ ਕੁਛ ਨਹੀਂ ਪਤਾ, ਸਿਰਫ ਆਯੁਰਵੇਦ ਨੂੰ ਬਦਨਾਮ ਕਰਾਉਣਾ ਚਾਹੁੰਦੇ ਨੇ, ਠੀਕ ਹੈ ਜੀ। ਕਈ ਵੈਦ ਕਹਿੰਦੇ ਨੇ ਜੀ ਅਸੀਂ 1 ਮਹੀਨੇ 'ਚ ਪੱਥਰੀ ਕੱਢ ਦਾਂਗੇ, ਮੈਂ ਕਹਿੰਦਾ ਜੀ 2 ਮਹੀਨੇ ਵਿੱਚ ਪਿੱਤੇ ਦੀ ਪੱਥਰੀ ਕੱਢ ਕੇ ਦਿਖਾਓ, ਕਹਿੰਦੇ ਪਿੱਤੇ ਦੀ ਪੱਥਰੀ 1 ਮਹੀਨੇ 'ਚ ਕੱਢਾਂਗੇ, ਮੈਂ ਕਹਿੰਦਾ ਜੀ 2 ਮਹੀਨੇ 'ਚ ਕੱਢ ਕੇ ਦਿਖਾਓ, ਜੁੱਤੀ 'ਚ ਪਾਣੀ ਪੀ ਜਾਓ ਉਹਦੀ 'ਚ, ਠੀਕ ਹੈ। ਸਿਰਫ ਉਹ ਲੋਕਾਂ ਨੂੰ ਖਿੱਚਣ, ਆਪਣੇ ਵੱਲ ਖਿੱਚਣ ਵਾਲਾ ਕੰਮ ਹੈ, ਔਰ ਅਸੀਂ ਇਹੋ ਜਿਹਾ ਕੰਮ ਬਿਲਕੁਲ ਨਹੀਂ ਕਰਦੇ। ਆਯੁਰਵੇਦ ਦਾ ਇਲਾਜ ਕਰਦੇ ਹਾਂ, ਪਰ ਸਹੀ ਢੰਗ ਨਾਲ ਜੋ ਬੰਦਾ ਪਰਹੇਜ਼ ਕਰਨ ਵਾਲਾ, ਠੀਕ ਹੈ, ਉਹੀ ਸਾਡੀ ਦਵਾਈ ਨਾਲ ਠੀਕ ਹੁੰਦਾ। ਪਰਹੇਜ਼ ਆ ਸਭ ਤੋਂ ਪਹਿਲਾਂ, ਪਰਹੇਜ਼ ਆ। ਬਿਲਕੁਲ। ਅੱਜ ਕੱਲ੍ਹ ਡਾਕਟਰ ਸਾਹਿਬ ਇੱਕ ਬਹੁਤ ਪ੍ਰੋਬਲਮ ਆ ਰਹੀ ਹੈ, ਜਿਵੇਂ ਜਿਹੜੇ ਨਿਊ ਮੈਰਿਡ ਕਪਲ ਨੇ ਉਹ ਬੱਚਾ ਨਹੀਂ ਹੋ ਰਿਹਾ ਉਹਨਾਂ ਦੇ, ਜੇ
संतान नहीं हो पा रही, ये की कारण बनते ने अज के समय के कि इदा दहुत ज़्यादा दिक्कत आ रही ने, की कारण बनते हैं? देखो जी, इस विषय से बहुत लोगों को गुमराह किया जाता है, ठीक है जी, भी असं ये कर देंगे वाह कर देंगे, पर मैं एक गल कहांगा थोनों, जेड़े इंसान झुंगियां दे विच रहिंदे ने, जिन्हां दे घरां ते छत्तां नहीं हैगियां, सड़कां ते सौंदे ने, उन्हां दे देखो चार चार पंज पंज बच्चे ने, ठीक है जी, जेड़े लोग एसियां च सौंदे ने, तकड़ियां तकड़ियां लैंड रोवरां गड्डियां च घूमदे ने, वो साढ़े कोल आउंदे नहीं, साढ़े बच्चा नहीं हैगा, ये कुदरत दा खेड है, क्यों? क्योंकि वह कुदरत तो पिछे हट गए, ठीक है जी, वह कहने भी परमात्मा कुछ है ही नहीं, रब नूं टब जदों इंसान दसण लग जाए फिर वह कुदरत भी अपना खेड खेडती है, बहुत तकड़ा खेड खेडती है जी वह, पर असी इस चीज़ का इलाज करते हैं, सानू महापुरशां ने बख्श की हुई है, ठीक है जी, इस चीज़ का असी पक्का इलाज करते हैं जी, जिन्हां दे कई बारी औरतां दे अंदर रसौलियां बन जांदियां ने, वो ढाई तो तीन महीने का असी कोर्स कराने, पहला रसौलियां खत्म करके 100% बच्चा हुंदा ही हुंदा, हुंदा तां है जे परहेज करोगे, ये नहीं भी असी गरंटी दिंदे आ 100%, ठीक है जी, ओही गल आ जांदी है, हाँ जी, गरंटी उत्थे की करूगी जिथे बंदे ने परहेज नहीं करना, ये चीज़ है जी। हुण साढ़े कुछ दर्शक देख रहे होंगे, असी कुछ सवालों तक पहुँचने की जरूर कोशिश की है दर्शकों के, पर जिहड़े साढ़े दर्शक देख रहे होंगे थोड़े तक पहुँच जरूर करना चाहते होंगे, थोड़े नाल गलबात करना चाहते होंगे, तुसी अपना एड्रैस जरूर दस दो। एड्रैस हैगा जी साडा उच्चा पिंड संघोल, बहुत ही मशहूर पिंड है ये, चंडीगढ़ लुधियाना हाईवे के उत्ते है, लुधियाना ते चंडीगढ़ के विचकार पैंदा, बिल्कुल डिस्ट्रिक्ट फतेहगढ़ साहब है जी, डिस्ट्रिक्ट फतेहगढ़, हाँ जी, इन्हां दा जिहड़ा मोबाइल नंबर है वो थोड़ी टीवी स्क्रीन उत्ते चल रहा होगा, तुसीं इन्हां नाल संपर्क कर सकते हो। डॉक्टर साहब, तुसीं जिवें मिलना होवे तां तुहानूं कदों मिल सकदे ने, कितनी टाइमिंग आ, कि कोई हॉलीडे आ विच? सानूं कदे भी जी फोन करके आ सकते हैं, 9 to 5 असीं हर रोज़ डेली बैठते हैं। अच्छा, हाँ जी, हुण डॉक्टर साहब एक आखिर दे विच मेरा जरूर सवाल रहूगा कि जिहड़ा जोड़ां दा दर्द है, जिहड़ा जोड़ां दा जिहड़ा दर्द आम आ, गोडे बदलाण दीआं गल्लां चल पैंदियां ने कि गोडे बदल, गोडे बदलण तों बाद भी उह गल नहीं बणदी, आपां इन्ना पैसा भी ला दिंदे आ फिर भी उह गल नहीं बणदी, जे किसी ने थोड़े नाल गलबात करनी हो आयुर्वेदिक दे विच, नॉ एलोपैथी तो अगले बहुत दवाइया खा जाते हैं, आयुर्वेदिक दे विच जे थोड़े नाल गलबात करनी होवे तां तुसीं की कहना चाहोगे कि शुरुआत दे विच, कई बार शुरुआती दौरे हुंदा कई दर्शकों का कि हुणे ही दुखने शुरू होए ने जी, महीना होए ने, 2 महीने होए ने, की किदां आपां इस नूं रोक सकते हैं? देखो जी, कई बंदे कह दिंदे आ जी, हाँ जी, रोज़ गोलियां 4-5 खांदे ने दर्दां दी, पेन किलर, उहदे नाल पक्का हल नहीं हुंदा, मैं देखो ये कहने असीं आयुर्वेदिक दवाई दिंदे आ, चाहे मणके हिले होण, चाहे गोडियां दा दर्द होवे, जोड़ां दा दर्द होवे, गठिया होवे, चाहे थोड़ा यूरिक एसिड वध है, ठीक है जी, इहदा कारण सारा इक्को है भी थोड़े अंदर तेजाब बन रहा है, तेजाब दे कारण ही दर्द पैदा होंदे ने, जिन्ने मणके हिलदे ने, जिन्ने थोड़े जोड़ां च दर्द होंदे ने, सारे तेजाब दे कारण पैदा होंदे ने, सब तो वध जिहड़ियां बीमारियां आयुर्वेद कहिंदा है उह तेजाब दे कारण पैदा होंदियां ने, बाद रोग दे विच ज़्यादा आ जांदियां जां पित्त रोग दे विच उह तों थल्ले आ जांदियां, फिर कफ दीआं बीमारियां सब तो घट ने, ठीक है जी, जिन्हां नूं ज़्यादा दर्द रहिंदे ने, वधिया क्वालिटी का देसी घी घर दा होवे, अद्धा चम्मच रात नूं सौण लगे दुध च पा के पीओ, और 15 दिन बाद रिजल्ट देखियो, फिर कई लोग कहिंदे ने जी सानूं देसी घी बीपी वधदा खराब करदा, खराब करदा, मैं यही कहण लग्गा सी। देखो तुसीं खड़ी गड्डी दे विच मोगलैल तेल पाओगे उहने जमणा ही है, जे तुसीं इहनूं वर्जिश करोगे भजाओगे शरीर नूं फिर थोड़ी खराब करूगा, बिल्कुल भी नहीं खराब करूगा, बिल्कुल, यह चीज़ है। हुण बाहर असी जदों अंदर एंट्री करे सी, तुसी बाहर भी लिख के लाया होया कि जिहड़े बेसहारा ने, जिहड़े लोड़वंद ने, उहनां नूं तुसी फ्री दवाई भी दिंदे हो, तां किहड़ी दवाई दिंदे हो तुसी फ्री? असीं जी कैंसर दी दवाई, जिहड़े बिल्कुल घरों बेघर ने जां गरीब इंसान है, जिहतों बेचारे तों दवाई खरीद नहीं सकदा, नहीं ले सकदा, इलाज नहीं करा सकदा, उहनूं कैंसर दी दवाई असीं बिल्कुल फ्री दिंदे आ, ते इह इक असीं सेवा ही करदे आ जी, इह महापुरशां ने फार्मूला बख्शिया होया, तो ये सेवा करते हैं, और असी यह नहीं, असी किसी भी मेडिसिन दे विच वैदा वांगू लुटते नहीं है, साडियां दवाइयां बहुत हरेक बंदा साडी दवाई ले सकदा, यह नहीं हैगा भी असी ये लुटते हैं या लुट खोह करते हैं, वैद लुटने वाले बहुत बैठे हैं, ठीक है जी, साडी दवाई हर दवाई का वाजिब रेट है, तो जो असी होर मरीजों को भी कैंसर की दवाई दें वह भी साडा बहुत घट रेट है, उसके विचों असी कोई प्रॉफिट नहीं लेंदे, सिर्फ जिन्नी कु सानू कॉस्ट करती असी उन्नी दी दिंदे, हाँ जी। मैं जाते जाते थोड़े तो एक जनरल नॉलेज सवाल मेरे मन के विच आ रहा है कि यार जदों ना आप किसी मेडिकल को जाने या मेडिसन की दुकान पर जाने, मान लो आप कोई पत्ता खरीद अपने को दवाई लै रहे हैं,
ਆਪਾਂ ਉਹਨੂੰ ਕਹਿੰਦੇ ਹਾਂ ਕਿ ਭਾਅ ਜੀ ਆਹ ਪੱਤਾ ਦੇ ਦਿਓ, ਆਹ ਦਵਾਈ ਦੇ ਦਿਓ ਸਾਨੂੰ, ਹੈ ਨਾ। ਉਹ ਕਹਿ ਦਿੰਦਾ ਕਿ ਇਹ ਨਹੀਂ ਹੈਗੀ ਸਾਡੇ ਕੋਲ, ਕੰਪਨੀ ਹੋਰ ਆ, ਸਾਲਟ ਸੇਮ ਆ, ਇਹ ਕੀ ਚੱਕਰ ਹੁੰਦਾ ਹੈ। ਅਸਲ ਦੇ ਵਿੱਚ ਇਹਦਾ ਚੱਕਰ ਕੀ ਹੈ ਕਿ ਸਾਲਟ ਕਿਉਂ ਕਿ ਕੰਪਨੀ ਚੇਂਜ ਹੁੰਦੀ ਆ, ਤੁਸੀਂ ਲੈ ਲਓ। ਫਿਰ ਉਹ ਅਗਲਾ ਕਹਿੰਦਾ ਹੁੰਦਾ ਕਿ ਯਾਰ ਨਹੀਂ ਇਹ ਮੈਨੂੰ ਸੈੱਟ ਨਹੀਂ ਬੈਠ ਰਹੀ, ਤੂੰ ਮੈਨੂੰ ਆਹੀ ਕੰਪਨੀ ਦੇ ਦੇ। ਇਹੋ ਜਿਹਾ ਕੀ ਚੱਕਰ ਪੈ ਜਾਂਦਾ ਪਿੱਛੇ? ਦੇਖੋ ਜੀ, ਇੱਕ ਤਾਂ ਡਲੇ ਵਾਲਾ ਨੂਣ ਹੈ, 70 ਰੁਪਏ ਕਿਲੋ ਬਾਜ਼ਾਰ 'ਚ ਵਿਕਦਾ। ਇੱਕ ਤੁਹਾਨੂੰ ਪੈਕਟ 'ਚ ਬੰਦ ਕਰਕੇ ਲੂਣ ਦਿੱਤਾ ਜਾਂਦਾ 20 ਰੁਪਏ ਕਿਲੋ, 18 ਤੋਂ 20 ਰੁਪਏ ਕਿਲੋ ਦਿੱਤਾ ਜਾਂਦਾ, ਹੈ ਤਾਂ ਨਮਕ ਹੀ, ਪਰ ਉਹ ਕੁਆਲਿਟੀ ਉਹਦੀ ਕਿੱਥੇ ਹੈ? 70 ਰੁਪਏ ਕਿਲੋ ਸਹਿੰਦਾ ਨਮਕ ਆ, ਜਿਹੜਾ ਬੰਦਾ ਖਾਂਦਾ ਉਹਨੂੰ ਕਦੇ ਪੈਰਾਲਾਈਸਿਸ ਹੁੰਦਾ ਹੀ ਨਹੀਂ। ਜਿਹੜਾ ਤੁਸੀਂ ਪੈਕਟ ਬੰਦ ਨਮਕ ਖਾਓਗੇ, ਤੁਹਾਨੂੰ ਪੈਰਾਲਾਈਸਿਸ ਹੋ ਗਿਆ, ਜੋੜਾਂ ਦੇ ਦਰਦ ਹੋ ਗਏ, ਗਠੀਆ ਹੋ ਗਿਆ, BP ਹੋ ਗਿਆ, ਸ਼ੂਗਰ ਹੋ ਗਿਆ, ਕਦੇ ਹੋਊਗਾ ਹੀ ਨਹੀਂ। ਸਹਿੰਦਾ ਨਮਕ ਤੁਸੀਂ ਇੱਕ ਚੁਟਕੀ ਖਾਲੀ ਪੇਟ ਖਾਓ, BP ਦੀ ਗੋਲੀ ਖਾਣ ਦੀ ਲੋੜ ਨਹੀਂ ਪਊਗੀ। ਇੱਕ ਮੁੱਠੀ ਤੁਸੀਂ ਨਮਕ ਦੀ ਪਾਣੀ ਦੇ ਵਿੱਚ ਪਾ ਕੇ ਡੇਲੀ ਨਹਾਓ, BP ਕਦੇ ਵਧੂਗਾ ਨਹੀਂ ਤੁਹਾਡਾ। ਬਿਨਾਂ ਦਵਾਈ ਤੋਂ ਤੁਹਾਡਾ BP ਠੀਕ ਕਰ ਦਾਂਗੇ। ਅਸੀਂ ਨਹੀਂ ਕਹਿੰਦੇ ਵੀ ਸਾਡੀ ਦਵਾਈ ਲਓ ਤੁਸੀਂ ਆ ਕੇ, ਬਿਨਾਂ ਦਵਾਈਆਂ ਤੋਂ ਤੁਹਾਡੇ ਇੰਨੇ ਮਰੀਜ਼ ਨੇ ਜਿਹੜੇ ਬਿਨਾਂ ਦਵਾਈਆਂ ਤੋਂ ਅਸੀਂ ਠੀਕ ਕਰਦੇ ਹਾਂ, ਪਰ ਠੀਕ ਹੋਣ ਵਾਸਤੇ ਪਰਹੇਜ਼ ਕਰਨੇ ਪੈਣੇ ਆ। ਜਿਹੜੀ ਹੁਣ ਤੁਸੀਂ ਮੈਡੀਸਨ ਦੀ ਪੱਤੇ ਦੀ ਗੱਲ ਕਰਦੇ ਆ, ਉਹ ਦੇਖੋ ਡਾਕਟਰ ਕਿੰਨੇ ਡਾਕਟਰ ਨੇ। ਡਾਕਟਰ ਚਾਹੁੰਦਾ ਮੈਨੂੰ ਲੈਬੋਰਟਰੀ ਤੋਂ ਵੀ ਕਮਿਸ਼ਨ ਮਿਲੇ, ਮੈਨੂੰ ਮੈਡੀਕਲ ਤੋਂ ਵੀ ਮਿਲੇ, ਠੀਕ ਹੈ ਜੀ। ਉਹ ਆਪਣੀ ਮਰਜ਼ੀ ਦੀਆਂ ਦਵਾਈਆਂ ਰੱਖਦੇ ਆ। ਹੁਣ ਇੱਕ ਤਾਂ ਹਾਈ ਕੁਆਲਿਟੀ ਦੀ ਦਵਾਈ ਹੈ, ਇੱਕ ਲੋਅ ਕੁਆਲਿਟੀ ਦੀ ਹੈ, ਚੀਜ਼ ਉਹੀ ਹੈ, ਹੁਣ ਉੱਥੇ ਫਿਰ ਇਹ ਗੜਬੜੀ ਹੋ ਜਾਂਦੀ ਹੈ। ਬਣਾਉਣ ਦਾ ਜਿਹੜਾ ਤਰੀਕਾ ਹੁੰਦਾ, ਉਹਦੇ ਵਿੱਚ ਜਿਹੜਾ ਵਰਤਿਆ ਗਿਆ ਮਟੀਰੀਅਲ ਹੁੰਦਾ, ਉਹ ਚੰਗਾ ਜਾਂ ਮਾੜਾ ਹੋ ਸਕਦਾ ਆ। ਬਿਲਕੁਲ ਜੀ, ਬਿਲਕੁਲ ਜੀ। ਇੱਕ ਤਾਂ ਹੁਣ ਵਧੀਆ ਕੁਆਲਿਟੀ ਦਾ ਊਠ ਦਾ ਚੰਮ ਹੈ, ਠੀਕ ਹੈ ਜੀ, ਇੱਕ ਗੋਕਾ ਚੰਮ ਹੈ, ਉਹਨਾਂ 'ਚ ਫਰਕ ਤਾਂ ਹੈਗਾ ਹੀ ਹੈ, ਉਹ ਮਹਿੰਗਾ ਇੱਕ ਸਸਤਾ, ਬਿਲਕੁਲ ਇਹ ਚੀਜ਼ ਹੈ। ਬਹੁਤ ਬਹੁਤ ਧੰਨਵਾਦ ਤੁਸੀਂ ਡਾਕਟਰ ਸਾਹਿਬ ਸਮਾਂ ਦਿੱਤਾ ਸਾਨੂੰ ਆਪਣਾ। ਇਹ ਜੀ ਸਰਨਾ ਜਗਰੂਪ ਸਿੰਘ ਜੀ, ਅਸੀਂ ਇਹਨਾਂ ਨਾਲ ਜਿਵੇਂ ਕਿ ਤੁਸੀਂ ਇਸ ਦੇ ਵੀਡੀਓ ਦੇ ਵਿੱਚ ਦੇਖਿਆ ਕਿ ਤੁਹਾਡੇ ਬਹੁਤ ਜਿਹੜੇ ਸਵਾਲ ਨੇ ਮਨਾਂ ਦੇ ਵਿੱਚ, ਉਹਨਾਂ ਤੱਕ ਪਹੁੰਚਣ ਦੀ ਕੋਈ ਜ਼ਰੂਰ ਕੋਸ਼ਿਸ਼ ਕੀਤੀ ਹੈ। ਜੇ ਤੁਹਾਡੇ ਮਨਾਂ ਦੇ ਵਿੱਚ ਹੋਰ ਵੀ ਕੋਈ ਸਵਾਲ ਨੇ, ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ, ਅਸੀਂ ਇਹਨਾਂ ਨਾਲ ਦੁਬਾਰਾ ਵੀ ਗੱਲਬਾਤ ਕਰ ਸਕਦੇ ਹਾਂ। ਕਿਉਂਕਿ ਅਕਸਰ ਨਾ ਆਪਾਂ ਆਯੁਰਵੈਦਿਕ ਜਾਂ ਹੋਮਿਓਪੈਥਿਕ ਤੋਂ ਪਹਿਲਾਂ ਭੱਜਦੇ ਹੀ ਹੁੰਦੇ ਹਾਂ, ਆਪਾਂ ਨੂੰ ਆਪਣੇ ਮਨ ਦੇ ਵਿੱਚ ਇਹ ਧਾਰਨਾ ਹੁੰਦੀ ਆ। ਡਾਕਟਰ ਸਾਹਿਬ ਨੇ ਦੱਸਿਆ ਕਿ ਹਰ ਇੱਕ ਚਾਹੁੰਦਾ ਕਿ ਮੈਂ ਫਟਾਫਟ ਦਵਾਈ ਖਾਵਾਂ ਅਤੇ ਫਟਾਫਟ ਠੀਕ ਹੋ ਜਾਵਾਂ। ਇਹ ਚੀਜ਼ਾਂ ਆਯੁਰਵੈਦਿਕ ਜਾਂ ਹੋਮਿਓਪੈਥਿਕ 5-5 ਹਜ਼ਾਰ ਸਾਲ ਪੁਰਾਣੀਆਂ ਗੱਲਾਂ ਨੇ, ਇਹ ਚੀਜ਼ਾਂ ਨੇ ਜੋ ਸਾਡੇ ਰਿਸ਼ੀ ਵੇਦ ਸਾਨੂੰ ਦੱਸ ਗਏ ਉਸ ਸਮੇਂ ਦੇ ਵਿੱਚ। ਅਤੇ ਇੱਕ ਸਭ ਤੋਂ ਜ਼ਰੂਰੀ ਗੱਲ ਦੱਸੀ ਹੈ ਕਿ ਖਾਣ ਪੀਣ ਦਾ ਤਰੀਕਾ ਅਤੇ ਪਰਹੇਜ਼ ਹੀ ਸਭ ਤੋਂ ਵੱਡੀ ਦਵਾਈ ਹੈ। ਤੁਸੀਂ ਜਿੰਨਾ ਪਰਹੇਜ਼ ਜਾਂ ਦੇਖ ਕੇ ਖਾਓਗੇ, ਵਰਜਿਸ਼ ਕਰੋਗੇ, ਤਾਂ ਸਵਾਲ ਇਹ ਪੈਦਾ ਨਹੀਂ ਹੁੰਦਾ ਕਿ ਤੁਸੀਂ ਤੁਹਾਨੂੰ ਕੋਈ ਸਰੀਰਕ ਤਕਲੀਫ ਹੋ ਸਕਦੀ ਹੈ। ਉਮੀਦ ਕਰਦੇ ਹਾਂ ਇਹ ਵੀਡੀਓ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕਾਂ ਦੇ ਵਿੱਚ ਆਯੁਰਵੈਦਿਕ ਨੂੰ ਲੈ ਕੇ ਨਾ ਬਹੁਤ ਸਵਾਲ ਨੇ, ਉਹ ਕਿਤੇ ਨਾ ਕਿਤੇ ਥੋੜ੍ਹੇ ਬਹੁਤੇ ਕਲੀਅਰ ਹੋ ਜਾਣ। ਉਮੀਦ ਕਰਦੇ ਹਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ। ਤਦ ਲਈ ਮੈਨੂੰ ਜਾਣੀ ਹਰਵਿੰਦਰ ਖੰਨੇ ਨੂੰ ਦੋ ਇਜਾਜ਼ਤ। ਦੇਖਦੇ ਰਹੋ ਰੈਮਨ TV। ਧੰਨਵਾਦ।